ਜਿੱਥੇ ਕਿ ਪਾਸੇ ਨੌਜਵਾਨ ਨਸ਼ੇ ਦੇ ਦਲਦਲ ਵਿੱਚ ਫਸ ਰਹੇ ਨੇ ਉੱਥੇ ਹੀ ਕੁਝ ਨੌਜਵਾਨ ਅਜੇ ਹਨ ਜੋ ਕਿ ਸਮਾਜ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਨੇ ਅਜੇ ਆ ਇੱਕ ਨੌਜਵਾਨ ਗੁਰਦਾਸਪੁਰ ਦਾ ਹੈ ਇਸ ਦਾ ਨਾਮ ਬਜੇਤਰ ਸਿੰਘ ਹੈ ਉਸ ਦੀ ਉਮਰ ਮਹਿਜ 30 ਸਾਲਾਂ ਤੇ ਪਿਛਲੇ 6 ਸਾਲ ਤੋਂ ਸੇਵਾ ਕਰ ਰਹੇ ਨੇ ਬਜੇਤਰ ਸਿੰਘ ਵੀ ਦੇ ਕਰੀਬ ਦਿਮਾਗੀ ਤੌਰ ਤੇ ਪਰੇਸ਼ਾਨ ਲੋਕਾਂ ਦੀ ਸੇਵਾ ਕਰ ਰਿਹਾ ਹੈ ਇਸ ਸਬੰਧੀ ਬਜੇਤਰ ਸਿੰਘ ਨੇ ਜਾਣਦੇ ਦਿੰਦੇ ਹੋਏ ਕਿਹਾ ਕਿ ਮੈਨੂੰ ਸ਼ੁਰੂ ਤੋਂ ਸੇਵਾ ਕਰਨ ਦਾ ਸ਼ੌਂਕ ਸੀ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਦਿਮਾਗੀ ਤੌਰ ਤੇ ਸਹੀ ਨਹੀਂ ਹੁੰਦੇ ਅਤੇ ਲੋਕ ਵੀ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਨਹੀਂ ਰੱਖਦੇ ਉਹਨਾਂ ਨੂੰ ਅਸੀਂ ਆਪਣੇ ਆਸ਼ਰਮ ਦੇ ਵਿੱਚ ਰੱਖਦੇ ਹਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਹਨਾਂ ਦੀ ਸੇਵਾ ਕਰਕੇ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੈ ਅਤੇ ਮੈਂ 15-15 ਦਿਨ ਤੱਕ ਆਪਣੇ ਘਰ ਤੱਕ ਨਹੀਂ ਜਾਂਦਾ ਇਹਨਾਂ ਲਾਗੇ ਰਹਿਣਾ ਮੈਨੂੰ ਬਹੁਤ ਪਸੰਦ ਆਇਆ ਮੇਰਾ ਨਾਮ ਬਚਿੱਤਰ ਸਿੰਘ ਬਿੱਕਾ ਜੀ ਇਹ ਤਕਰੀਬਨ 6 ਮਹੀਨੇ ਤੋਂ ਚੱਲ ਰਹੀ ਜੀ ਸੇਵਾ ਕਰਦੇ ਸਾਨੂੰ 6 ਸਾਲ ਹੋ ਗਏ ਆ ਜੀ ਇਹਦਾ ਨਾਮ ਜੀ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦਿਨਾਂਗਰ ਇਹ ਜੀ ਬਸ 6 ਸਾਲ ਤੋਂ ਮੈਂ ਨਾ ਟੈਕਸੀ ਦਾ ਕੰਮ ਕਰਦਾ ਆ ਰਿਹਾ ਸੀ ਤੇ ਛੜਕਾ ਤੇ ਜਦੋਂ ਜਾਣਾ ਦੇਖਣਾ ਕਰਨਾ ਜਿਹੜੇ ਬੇਵਸਾਰਾ ਛੜਕਾ ਦੇ ਵਿਚਾਰੇ ਕੋਈ ਕੂੜੇ ਦੇ ਢੇਰ ਚੋਂ ਕੁਝ ਖਾ ਰਿਹਾ ਕੋਈ ਕੋਸ਼ਤ ਦਾ ਹਨਾ ਲਵਾਰਸ ਫਿਰਦੇ ਨੇ ਨੰਗੇ ਪੈਰੀ ਸਾਲਾਂ ਦੇ ਉਹਨਾਂ ਨੇ ਤੇ ਬੜਾ ਮਨ ਨੂੰ ਹਲੂਣਾ ਜਾ ਵਜਣਾ ਕਰਨਾ ਤੇ ਇਦਾਂ ਹੀ ਮਹਾਰਾਜ ਜੀ ਨੂੰ ਡਿਊਟੀ ਲੱਗੀ ਵੀ ਆਪਾਂ ਦੇ ਬੰਦਿਆਂ ਨੂੰ ਰੈਸਕਿਊ ਕਰਨਾ ਸ਼ੁਰੂ ਕਰਤਾ ਚੁੱਕਣਾ ਸ਼ੁਰੂ ਕਰਤਾ ਫਿਰ ਉਹਨਾਂ ਨੂੰ ਆਸ਼ਰਮਾਂ 'ਚ ਪਹਚਾਣਾ ਸ਼ੁਰੂ ਕਰਤਾ ਤੇ ਮੁੜ ਕੇ ਜਦੋਂ ਕਈ ਵਾਰੀ ਆਸ਼ਰਮ ਵਾਲਿਆਂ ਨੇ ਵੀ ਨੁਕਤਾ ਚਿੰਨੀ ਕਰਨੀ ਕਰਨੇ ਵੀ ਯਾਰ ਤੁਸੀਂ ਕਿਉਂ ਇਹਨਾਂ ਨੂੰ ਲਿਆਂਦੇ ਹੋ ਸਾਡੇ ਕੋਈ ਮੈਂਟਲੀ ਸੈਟ ਨਹੀਂ ਕਿ ਇਹਦਾ ਨੁਕਸਾਨ ਕਰਨਗੇ ਤੇ ਫਿਰ ਮਨ 'ਚ ਸੋਚਿਆ ਵੀ ਯਾਰ ਤੇਰੇ ਮੇਰੇ ਕੋਲ 8 ਮਰਲੇ ਜਗ੍ਹਾ ਸੀ ਜੀ ਤੇ 8 ਮਰਲੇ ਜਗ੍ਹਾ ਦੇ ਵਿੱਚ ਮੈਂ ਸਾਰੀ ਸੰਗਤ ਦੇ ਭੈਣ ਭਰਾਵਾਂ ਦੇ ਨਾਲ ਰਲ ਕੇ ਇਹ ਮਤਲਬ ਕਿ ਉਹਨਾਂ ਨੇ ਅੱਗੇ ਰਿਕਵੈਸਟ ਕੀਤੀ ਵੀ ਮੈਂ ਇੱਥੇ ਆਸ਼ੀਆਨਾ ਬਣਾਉਣਾ ਚਾਹੁੰਦਾ ਜਿੱਥੇ ਬੇਸਾਰਾ ਲੋਕ ਰਹਿਣਗੇ ਤੇ ਹੁਣ ਇਹ 21 ਤੋਂ 22 ਲੱਖ ਰੁਪਏ ਦਾ ਪ੍ਰੋਜੈਕਟ ਲੱਗਾ ਜੀ ਜਿਹਦੇ ਵਿੱਚ ਬੇਸਾਰਾ ਲੋਕ ਰਹਿੰਦੇ ਨੇ ਜੀ ਸਾਡੇ ਕਿੰਨੇ ਲੋਕ ਇੱਥੇ ਰਹਿ ਰਹੇ ਨੇ ਕਿੱਥੋਂ ਕਿੱਥੇ ਨੂੰ ਮੰਨ ਗਏ ਤੁਸੀਂ ਤੁਹਾਡੇ ਉਹ ਇੱਥੇ ਆਨ ਰਹਿ ਰਹੇ ਨੇ ਇਹ ਜੀ ਕੋਈ ਜੂਪੀ ਦਾ ਕੋਈ ਬਿਹਾਰ ਦਾ ਕੋਈ ਅਸਾਮ ਦਾ ਜਿਹੜੇ ਜਿਆਦਾ ਜ਼ਿਆਦਾਤਰ ਸਾਡੇ ਕੋਲ ਨੌਜਵਾਨ ਉਹ ਇਹਨੇ ਜਿਹੜੇ ਮੰਦ ਬੁੱਧੀ ਨੇ ਜਿਹੜੇ ਗੁਲਾਮ ਬਣਾ ਕੇ ਰੱਖੇ ਹੋਏ ਸੀ ਇਹਨਾਂ ਨੂੰ ਅਨਾਂ ਤਸੱਦਦ ਦਿੱਤੇ ਦਾ ਇਹਨਾਂ ਦੇ ਸਰੀਏ ਗਰਮ ਕਰਕੇ ਪੇਠਾ ਤੇ ਲਾ ਦੇ ਦਿੰਨੇ ਜੀ ਜਿਹੜੇ ਹੁਣ ਸਾਡੇ ਕੋਲ ਰਹਿ ਰਹੇ ਨੇ ਕਾਫੀ ਠੀਕ ਨੇ ਅੱਗੇ ਨਾਲੋਂ ਆਪ ਹੁਣ ਬਿਸਤਰੇ ਅੰਦਰ ਕਰਦੇ ਨੇ ਰੋਟੀ ਪਾਣੀ ਟਾਈਮ ਟੂ ਟਾਈਮ ਖਾਂਦੇ ਨੇ ਟਾਇਲਟ ਤੱਕ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਕਰਨਾ ਕਦੋਂ ਕਰਨਾ ਉਹ ਹੁਣ ਆਪ ਟਾਇਲਟ ਕਰ ਦਿੰਨੇ ਆ ਹੁਣ ਤੁਸੀਂ ਦੇਖੋ ਮੁੰਡੇ ਆਪ ਹੀ ਅੰਦਰ ਲੈ ਕੇ ਜਾ ਰਹੇ ਹੋ ਜੀ ਆਪਣਾ ਬਿਸਤਰਾ ਸਮੱਸਿਆਵਾਂ ਦਾ ਕੀ ਕੀ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਸਮੱਸਿਆਵਾਂ ਜੀ ਤੁਹਾਨੂੰ ਪਤਾ ਜੇ ਤੁਸੀਂ ਸੱਚ ਦੇ ਆਧਾਰ ਤੇ ਚਲੋਗੇ ਤੇ ਸਮੱਸਿਆਵਾਂ ਤੇ ਬਹੁਤ ਤੁਹਾਨੂੰ ਆਣੀਆਂ ਜੀ ਕੁੱਦਾ ਕੀ ਹੁਣ ਅਸੀਂ ਚਾਹਨੇ ਆ ਕਿ ਸਾਡਾ ਜੋ ਸਚਾਈ ਆ ਉਹ ਦੇਖੋ ਜੋ ਸਚਾਈ ਆ ਉਹ ਦੇਖੋ ਸਾਡੇ ਕੋਲ ਆਓ ਸਾਡੇ ਸੁਪਨਿਆਂ ਦੇ ਘਰ ਵਿੱਚ ਵਿਜ਼ਿਟ ਕਰੋ ਇੱਥੇ ਵੇਖੋ ਤੁਸੀਂ ਖੁਦ ਆ ਕੇ ਦੇਖੋ ਕਿਛੀ ਦੀ ਲੋੜ ਆ ਉਹ ਤੁਸੀਂ ਆ ਕੇ ਅ ਪਰਿਵਾਰਿਕ ਤੌਰ ਤੇ ਭਾਜੀ ਜਿੱਦਾਂ ਕਿ ਹੁਣ ਇੱਥੇ 6-6 ਦਿਨਾਂ ਬਾਅਦ ਮੈਂ ਆਪਣੇ ਘਰ ਜਾਣਾ ਜੀ ਉਹ ਵੀ ਕਈ 6 ਦਿਨ ਕਰੇ 14 ਦਿਨ ਦਾ ਮਲਕੀ ਟਾਈਮ ਮਲਕੀ ਕਦੇ ਜੇ ਟਾਈਮ ਨਿਕਲੇ ਤਾਂ ਮੈਂ ਜਾਣਾ ਤੇ ਮੈਂ ਚਾਹਨਾ ਵੀ ਸਾਨੂੰ ਸੇਵਾਦਾਰਾਂ ਦੀ ਵੀ ਜ਼ਰੂਰਤ ਆ ਜਿਹੜੇ ਸਾਡੇ ਨਾਲ ਆ ਕੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਸਰਕਾਰ ਨੂੰ ਕੋਈ ਚਾਹੀਓ ਮਿਲ ਰਿਹਾ ਹਜੇ ਤੱਕ ਤੇ ਸਾਰਾ ਸੰਜੋਗ ਸਾਡੇ ਸੱਜਣ ਮਿੱਤਰ ਭੈਣ ਭਰਾ ਜਿਹੜੇ ਕੁਛ ਬਾਹਰ ਬੈਠੇ ਨੇ ਫੌਰਨ ਸਾਡੇ ਲਿੰਕ 'ਚ ਜਿਹੜੇ ਨੇ ਉਹਨਾਂ ਵੀਰਾਂ ਦਾ ਸਾਨੂੰ ਸਾਥ ਆ ਜੀ ਸਰਕਾਰ ਵੱਲੋਂ ਹਜੇ ਤੱਕ ਸਾਡੇ ਕੋ ਕੋਈ ਨੁਮਾਇੰਦਾ ਨਹੀਂ ਆਇਆ ਜੀ ਆਪਾਂ ਸਮਾਜ ਸੇਵੀ ਸੰਸਥਾ ਨੂੰ ਇਹ ਵੀ ਬੇਨਤੀ ਕਰਦੇ ਆ ਕਿ ਜਰੂਰ ਇੱਕ ਵਾਰੀ ਸਾਡੇ ਸੁਪਣਿਆਂ ਦੇ ਘਰ ਵਿੱਚ ਚੱਲ ਕੇ ਆਓ ਦੇਖੋ ਇੱਥੇ ਕੀ ਗ੍ਰਾਉਂਡ ਲੈਵਲ ਤੇ ਕਿਹੜੀਆਂ ਸਮੱਸਿਆਵਾਂ ਇੱਥੇ ਕੀ ਚੱਲ ਰਿਹਾ ਕਿਦਾਂ ਦੇ ਲੋਕਾਂ ਦੀ ਆਪਾਂ ਸੇਵਾ ਕਰ ਰਹੇ ਹਾਂ ਜ਼ਰੂਰ ਇੱਥੇ ਆ ਕੇ ਸਾਡਾ ਸਾਥ ਦਿਓ ਤੇਖੋ ਜੀ ਇਹਨਾਂ ਨੂੰ ਨਾ ਆਪਾਂ ਅਜ ਤੱਕ ਤੇ ਮੈਡੀਸਨ ਨਹੀਂ ਅਜ ਤੱਕ ਕੋਈ ਵੀ ਦਿੱਤੀ ਪ੍ਰੋਪਰ ਪਰ ਸਾਰੇ ਜਿਹੜੇ ਨੌਜਵਾਨ ਆ ਇਹ ਠੀਕ ਹੋਏ ਨੇ ਇੱਥੇ ਡੇਲੀ ਸਵੇਰੇ ਸ਼ਾਮੀ ਸਵੇਰੇ 4 ਵਜੇ ਗੁਰਬਾਣੀ ਲਾਈਦਾ ਉਸ ਤੋਂ ਬਾਅਦ ਇਹਨਾਂ ਦਾ ਲੰਗਰ ਚੱਲਦਾ ਚਾਹ ਚੱਲਦੀ ਐ ਸਰੇ 6 ਵਜੇ ਫਿਰ ਦੁਪਹਿਰ ਨੂੰ ਰੋਟੀ ਮਤਲਬ ਕਿ ਜੋ ਵੀ ਹੁੰਦਾ ਸ਼ਾਮਾਂ ਤੱਕ ਜੋ ਵੀ ਇਹਨਾਂ ਦਾ ਚੱਲਦਾ ਜੀ ਰੋਟੀ ਪਾਣੀ ਦਾ ਫਿਰ ਸ਼ਾਮਾਂ ਨੂੰ ਰੱਬ ਦਾ ਪਾਠ ਸੁਣਦੇ ਨੇ ਫਿਰ ਆਮ ਨਾਲ ਆਪਣੇ ਸੌ ਜਾਂਦੇ ਨੇ ਬਸ ਉਹ ਕਾਲਪੁਰਖ ਦੀ ਜਿਹੜੀ ਦਵਾਈ ਐ ਨਾ ਸੱਚੇ ਪਾਤਸ਼ਾਹ ਦੀ ਉਹਦੇ ਆਧਾਰ ਤੇ ਹੀ ਐ ਠੀਕ ਹੋ ਰਹੇ ਨੇ ਜੀ ਤਕਰੀਬਨ ਆਪਣੇ ਕੋਲ 5-6 ਨੌਜਵਾਨ ਜਿਹੜੇ ਬਿਨਾਂ ਮੈਡੀਸਨ ਤੋਂ ਠੀਕ ਹੋਏ ਨੇ ਹਾਂਜੀ ਆਪਣੇ ਘਰਾਂ ਚ 4 ਨੌਜਵਾਨ ਚਲ ਗਏ ਆ ਜੀ ਤੇ ਦੋ ਕੇ ਸਾਡੇ ਕੋਲ ਜੇ ਹੈਗੇ ਜਿਹੜੇ ਠੀਕ ਹੋ ਗਏ ਇੱਥੇ ਰਹਿ ਰਹੇ ਨੇ ਹ ਤੱਕ